ਕਿੱਦੜਬਾਹਾ ਦੇ ਨੇੜਲੇ ਪਿੰਡ ਗੁਰੂਸਰ ਕੋ ਲੰਗਦੀ ਸਰਹੰਦ ਨਹਿਰ ਵਿੱਚ ਅੱਜ ਪਾਣੀ ਦਾ ਪੱਧਰ ਵਧਣ ਨਾਲ ਟੁੱਟਣ ਦਾ ਖਤਰਾ ਬਣ ਗਿਆ ਪਰ ਪਿੰਡ ਵਾਸੀਆਂ ਦੀ ਚੌਕਸੀ ਕਾਰਨ ਬਚਾਅ ਹੋ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਲਵਪ੍ਰੀਤ ਤੇ ਕਿੰਦਰ ਸਿੰਘ ਨੇ ਦੱਸਿਆ ਕਿ ਆਮ ਦਿਨਾਂ ਨਾਲੋਂ ਅੱਜ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਜਿਸ ਕਾਰਨ ਪਾਣੀ ਨਹਿਰ ਦੀ ਪਟੜੀ ਤੋਂ ਮਹਿਜ਼ 1 ਫੁੱਟ ਦੂਰ ਰਹਿ ਗਿਆ ਅਤੇ ਇਹ ਪਾਣੀ ਦਾ ਵਧਿਆ ਹੋਇਆ ਪੱਧਰ ਪਿੰਡ ਅਤੇ ਕਿਸਾਨਾਂ ਲਈ ਖਤਰਾ ਬਣ ਸਕਦਾ ਹੈ ਕਿਉਂਕਿ ਇਸ ਨਾਲ ਨਹਿਰ ਕਦੇ ਵੀ ਟੁੱਟ ਸਕਦੀ ਹੈ। ਉਹਨਾਂ ਦੱਸਿਆ ਕਿ ਆਮ ਤੌਰ ਤੇ ਨਹਿਰ ਵਿੱਚ ਪਾਣੀ 5 ਤੋਂ 7 ਫੁੱਟ ਕਿਨਾਰੇ ਤੋਂ ਹੇਠਾਂ ਗੁਜ਼ਰਦਾ ਹੈ ਪਰੰਤੂ ਅੱਜ ਦਾ ਪੱਧਰ ਬਹੁਤ ਜ਼ਿਆਦਾ ਉੱਪਰ ਹੈ। ਇਸ ਸੰਬੰਧ ਵਿੱਚ ਜਦੋਂ ਗਿੱਦੜਬਾਹਾ ਦੇ ਤਹਿਸੀਲਦਾਰ ਗੁਰਮੇਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸੰਬੰਧਿਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਡਰਨ ਦੀ ਕੋਈ ਲੋੜ ਨਹੀਂ, ਇਸ ਦੀ ਨਿਗਰਾਨੀ ਰੱਖੀ ਜਾ ਰਹੀ ਹੈ। ਭਾਈ ਮੇਰਾ ਨਾਮ ਕਿੰਦਾ ਸਿੰਘ ਨਾਮ ਮੇਰਾ, ਠੀਕ ਹੈ। ਪਿੰਡ ਗੁਰੂਸਰ ਦੇ ਨਾਲ ਆ, ਕਈ ਪਿੰਡ ਨੂੰ ਖਤਰਾ ਨਹਿਰ ਦਾ, ਠੀਕ। ਨਹਿਰ ਟੁੱਟ ਸਕਦੇ ਕਿ ਪਤਾ ਮਿੰਟ ਨੂੰ ਟੁੱਟ ਜੇ, ਠੀਕ ਹੈ, ਰਾਤ ਨੂੰ ਟੁੱਟ ਸਕੇ। ਕਿੰਨਾ ਪਿੰਡਾਂ ਨੂੰ ਖਤਰਾ ਹੈ ਬਾਈ ਜੀ? ਕਿੰਨਾ ਕੁ ਪਾਣੀ ਦਾ ਚੜ੍ਹਾ ਹੈ ਪਾਣੀ ਬਾਈ ਜੀ? ਗੱਠ ਨੀਵਾ ਹੈ, ਗੱਠ ਰੂਟ ਗੱਠ ਨੀਵਾ ਹੈ। ਬੇਹੱਦੋਂ ਪਾਣੀ ਜ਼ਿਆਦਾ ਹੈ ਨਹਿਰ ਨਿੱਕੀ 'ਚ, ਬੇਹੱਦੋਂ ਜ਼ਿਆਦਾ ਬਾਈ ਜੀ ਪਾਣੀ। ਨਹਿਰ ਦਾ ਕੀ ਪਤਾ ਕਦੋਂ ਟੁੱਟ ਜੇ, ਆਪਾਂ ਸੌਂ ਕੇ ਤਾਂ ਟੁੱਟ ਸਕਦੀ ਹੈ ਬਾਈ ਜੀ। ਮੇਰਾ ਨਾਮ ਲਵਪ੍ਰੀਤ ਸਿੰਘ ਹੈ ਜੀ, ਪਿੰਡ ਆਪਣਾ ਗੁਰੂਸਰਾ, ਤਹਿਸੀਲ ਗਿੱਦੜਵਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਸਾਡੇ ਸਰਹੰਦ ਫੀਡਰ ਵਗਦੀ ਹੈ ਜੀ, ਜਿਹਦਾ ਪਾਣੀ ਦਾ ਵਹਾਅ ਅੱਜ ਬਹੁਤ ਹੀ ਜ਼ਿਆਦਾ ਤੇਜ਼ ਵੀ ਹੈ ਅਤੇ ਇਹ ਗੱਠ ਡੇਢ ਗੱਠੀ ਜਿਹੜੀਆਂ ਟਾਈਲਾਂ ਲੱਗੀਆਂ ਹੋਈਆਂ ਉਹ ਤੋਂ ਥੱਲੇ ਰਹਿ ਗਈ ਹੈ। ਬਹੁਤ ਜ਼ਿਆਦਾ ਵਹਾਅ ਹੈ ਜੀ ਪਾਣੀ ਦਾ, ਨਹਿਰ ਰਾਤ ਨੂੰ ਟੁੱਟ ਵੀ ਸਕਦੀ ਹੈ। ਇਸ ਲਈ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਇਹਨੂੰ ਸਮੇਂ ਸਿਰ ਸੰਭਾਲਿਆ ਜਾਵੇ ਤਾਂ ਇਹਦੇ 'ਤੇ ਕੋਈ ਵੀ ਕਿਤੇ ਕੋਈ ਜਾਨੀ ਨੁਕਸਾਨ ਜਾਂ ਕੋਈ ਫਸਲਾਂ ਦਾ ਨੁਕਸਾਨ ਹੋਰ ਨਾ ਹੋ ਸਕੇ। ਅਤੇ ਕਿੰਨਾ ਕੁ ਜੇ ਕਰੀਏ ਪਾਣੀ ਦੀ ਗੱਲ ਕਰੀਏ ਕਿ ਕਿੰਨਾ ਕੁ ਚੜ੍ਹਾਅ ਇਹਦਾ ਅੱਜ, ਜਿਵੇਂ ਅੱਗੇ ਜੇ ਗੱਲ ਕਰੀਏ ਕਿੰਨਾ ਘੱਟ ਹੁੰਦਾ ਪਾਣੀ ਜੀ? ਲਗਭਗ ਵੀ ਇਹਦੇ ਵਿੱਚ 5-6 ਫੁੱਟ ਥੱਲੇ ਹੁੰਦਾ ਹੀ ਹੁੰਦਾ ਜਦੋਂ ਵੀ ਨਹਿਰ ਵਗਦੀ ਹੈ। ਅਤੇ ਅੱਜ ਇਹਦਾ ਬਸ ਜਿੰਨਾ ਰਹਿ ਗਿਆ, ਯਾਨੀ ਕਿ ਗੱਠ ਡੇਢ ਗੱਠੀ ਰਹਿ ਗਿਆ। ਨਹਿਰ ਕਿਤੋਂ ਵੀ ਕਿਹੜੀ ਵੀ ਜਗ੍ਹਾ ਤੋਂ ਟੁੱਟ ਸਕਦੀ ਹੈ। ਪ੍ਰਸ਼ਾਸਨ ਨੂੰ ਇਹੀ ਸਾਡੀ ਬੇਨਤੀ ਹੈ ਕਿ ਇਹਦੇ 'ਤੇ ਜਲਦੀ ਤੋਂ ਜਲਦੀ ਨਿਗਰਾਨੀ ਕੀਤੀ ਜਾਵੇ ਇਹਦੀ, ਅਤੇ ਇਹਦੀ ਕੋਸ਼ਿਸ਼ ਕੀਤੀ ਜਾਵੇ ਵੀ ਇਹਨੂੰ ਸਮੇਂ ਸਿਰ ਸੰਭਾਲਿਆ ਜਾਵੇ।